ਆ ਜਿੰਨੀਆਂ ਨੈਸ਼ਨਲ ਪਾਰਟੀਆਂ ਜਿਹੜੇ ਪੰਥ ਵਿਰੋਧੀ ਤਾਕਤਾਂ ਇਕੱਠੀਆਂ ਹੋ ਗਈਆਂ ਸੀ, ਜਿਨ੍ਹਾਂ ਨੇ ਬੀਬੀ ਜੀ ਨੂੰ ਅੱਗੇ ਕਰਕੇ ਉਹਨਾਂ ਨੇ ਪੰਥ ਨੂੰ ਦੋ ਫੜ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਕੰਮ ਉਹਨਾਂ ਤਾਕਤਾਂ ਦਾ ਗੁਰੂ ਘਰ ਦੀ ਸੇਵਾ ਨਹੀਂ ਹੈ, ਗੁਰੂ ਘਰ ਨੂੰ ਕਮਜ਼ੋਰ ਕਰਨਾ, ਖਾਲਸਾ ਪੰਥ ਨੂੰ ਕਮਜ਼ੋਰ ਕਰਨਾ। ਉਹਨਾਂ ਨੂੰ ਅਪੀਲ ਕਰਦਾ ਹੈ, ਆਓ ਵਾਪਸ ਘਰ ਆਓ, ਤੁਹਾਨੂੰ ਜੇ ਮੈਥੋਂ ਕੋਈ ਗਲਤੀ ਹੋਈ ਮੈਂ ਉਹਦੀ ਮਾਫ਼ੀ ਵੀ ਮੰਗ ਲੈਂਦਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਹੋਇਆ ਸੀ, ਬੀਬੀ ਜਗੀਰ ਕੌਰ ਜੀ ਇਲੈਕਸ਼ਨ ਖੜ੍ਹੇ ਹੋਏ ਸੀ, ਉਹਨਾਂ ਨੂੰ ਪੂਰੀ ਸਪੋਰਟ ਬੀ ਜੇ ਪੀ ਤਰਫੋਂ ਸਾਰੇ ਇਕੱਠੇ ਹੋ ਕੇ ਉਹ ਲੱਗੇ ਸੀ। ਉਸ ਟਾਈਮ ਉਹਨਾਂ ਨੂੰ 42 ਮੈਂਬਰਾਂ ਦੀ ਸਪੋਰਟ, ਪਿਛਲੇ 3-4 ਦਿਨਾਂ 'ਚ ਉਹਨਾਂ 'ਚੋਂ ਕਈ ਮੈਂਬਰ ਸਾਡੇ ਕੋਲ ਵਾਪਸ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹੈ। ਇੱਕ ਤਾਂ 5-6 ਦਿਨ ਪਹਿਲੇ ਸਰ ਹਰਪ੍ਰੀਤ ਸਿੰਘ ਗਰਚਾ ਮੈਂਬਰ SGPC, ਉਹਨਾਂ ਨੂੰ ਮੈਂ ਲੁਧਿਆਣੇ ਸ਼ਾਮਿਲ ਕੀਤਾ ਸੀ ਵਾਪਸ ਅਕਾਲੀ ਦਲ 'ਚ, ਅਤੇ ਅੱਜ 2 ਮੈਂਬਰ ਜੱਲਾ ਸਾਹਿਬ ਅਤੇ ਜਿਹੜੇ BJP ਸ਼ਾਮਿਲ ਹੋ ਗਏ ਸੀ, ਉਹਦੇ ਬਾਅਦ ਉਹਨਾਂ ਨੇ ਸਪੋਰਟ ਬੀਬੀ ਜਗੀਰ ਕੌਰ ਨੂੰ ਕੀਤੀ ਸੀ, ਅਤੇ ਆਪਣੇ ਸਰ ਅਮਰੀਕ ਸਿੰਘ ਜੀ ਜਿਨ੍ਹਾਂ ਨੂੰ ਉਦੋਂ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਨੂੰ ਸਪੋਰਟ ਕੀਤੀ ਸੀ, ਦੋਨਾਂ ਨੇ ਫੈਸਲਾ ਕੀਤਾ ਕਿ ਉਦੋਂ ਉਹਨਾਂ ਦੇ ਗਲਤ ਫੈਸਲਾ ਹੋ ਗਿਆ ਅਤੇ ਉਹ ਵਾਪਸ ਜੱਲਾ ਸਾਹਿਬ ਤਾਂ ਵਾਪਸ BJP ਨੂੰ ਛੱਡ ਕੇ ਅਕਾਲੀ ਦਲ ਸ਼ਾਮਿਲ ਹੋਏ। ਜੈਂਤੀਪੁਰ ਸਾਹਿਬ ਨੇ ਕਿਹਾ ਕਿ ਮੈਂ ਪਹਿਲੇ ਹੀ ਹੁਣ ਮੈਂ ਪੱਕਾ ਅਕਾਲੀ ਦਲ ਹੈ ਰਹਿਣਾ, ਭਾਵੇਂ ਇੰਡੀਪੈਂਡ ਜਿੱਤੇ ਸੀ, ਅਤੇ ਵਾਪਸ ਉਹਨਾਂ ਨੇ ਧਾਮੀ ਸਾਹਿਬ ਦੀ ਅਗਵਾਈ ਵਿੱਚ ਉਹਨਾਂ ਨੇ ਪੂਰਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਉਹਨਾਂ ਨੇ ਫੈਸਲਾ ਕੀਤਾ। ਤਾਂ ਸਭ ਤੋਂ ਪਹਿਲੇ ਮੈਂ ਦੋਨਾਂ ਨੂੰ, ਸਰ ਹਰਪਾਲ ਸਿੰਘ ਜੱਲਾ ਜੀ ਨੂੰ ਅਤੇ ਸਰ ਅਮਰੀਕ ਸਿੰਘ ਜੈਂਤੀਪੁਰ ਦੋਨਾਂ ਨੂੰ ਮੈਂ ਜੀ ਆਏ ਕਹਿਣਾ ਚਾਹੁੰਦਾ। ਉਹਨਾਂ ਨੂੰ ਮੈਂ ਸਰੋਪਾ ਦੇ ਕੇ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਸ਼ਾਮਿਲ ਕਰਨਾ ਚਾਹੁੰਦਾ। ਬੋਲੇ ਸੋ ਨਿਹਾਲ। ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਪਿਛਲੇ SGPC ਇਲੈਕਸ਼ਨ 'ਚ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਜਿਹੜੇ ਪੰਥ ਵਿਰੋਧੀ ਤਾਕਤਾਂ ਇਕੱਠੀਆਂ ਹੋ ਗਈਆਂ ਸੀ, ਜਿਨ੍ਹਾਂ ਨੇ ਬੀਬੀ ਜੀ ਨੂੰ ਅੱਗੇ ਕਰਕੇ ਉਹਨਾਂ ਨੇ ਪੰਥ ਨੂੰ ਦੋ ਫੜ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਸਾਰਿਆਂ ਨੂੰ ਵਧਾਈ ਦਿੰਦਾ, ਸਾਰੇ ਮੈਂਬਰਾਂ ਨੂੰ, ਬੜੀ ਉਹਨਾਂ ਨੇ ਡਟ ਕੇ ਲੜਾਈ ਲੜੀ ਅਤੇ ਜਿੱਤ ਹਾਸਿਲ ਕੀਤੀ। ਅਗਲੇ ਥੋੜ੍ਹੇ ਦਿਨਾਂ 'ਚ ਤਕਰੀਬਨ 15-20 ਹੋਰ SGPC ਮੈਂਬਰ ਵਾਪਸ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਰਹੇ ਹਨ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਆਹ ਜਿਹੜੀਆਂ ਤਾਕਤਾਂ ਹੈ ਉਹਨਾਂ ਦੀ ਕੰਮ ਉਹਨਾਂ ਤਾਕਤਾਂ ਦਾ ਗੁਰੂ ਘਰ ਦੀ ਸੇਵਾ ਨਹੀਂ ਹੈ, ਗੁਰੂ ਘਰ ਨੂੰ ਕਮਜ਼ੋਰ ਕਰਨਾ, ਖਾਲਸਾ ਪੰਥ ਨੂੰ ਕਮਜ਼ੋਰ ਕਰਨਾ। ਆਹ ਸਾਜ਼ਿਸ਼ਾਂ ਦੇਖ ਕੇ ਇਹਨਾਂ ਨੇ ਰਿਲਾਈਜ਼ ਕੀਤਾ ਹੈ ਕਿ ਆਪਣਾ ਘਰ ਹੀ ਅਕਾਲੀ ਦਲ ਹੈ। 102 ਸਾਲ ਪੁਰਾਣੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਸੋ ਮੈਂ ਬਾਕੀ ਵੀ ਮੈਂਬਰਸ ਨੂੰ ਅਪੀਲ ਕਰਦਾ
ਕਿ ਆਪਾਂ ਉਹਨਾਂ ਤਾਕਤਾਂ ਤੋਂ ਬਚੀਏ ਜਿਹੜੀਆਂ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ, ਅਤੇ ਆਪਾਂ ਸਮਝ ਲਈਏ ਕਿ ਉਹਨਾਂ ਤਾਕਤਾਂ ਦਾ ਨਿਸ਼ਾਨਾ ਗੁਰੂ ਘਰ ਦੀ ਸੇਵਾ ਨਹੀਂ, ਗੁਰੂ ਕੌਮ ਨੂੰ ਕਮਜ਼ੋਰ ਕਰਨਾ ਹੈ। ਅਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ, ਅਤੇ ਮੈਂ ਸਾਰੇ ਬਾਕੀ ਵੀ ਲੀਡਰ ਜੋ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਹੈ, ਉਹਨਾਂ ਨੂੰ ਅਪੀਲ ਕਰਦਾ ਹੈ, ਆਓ ਵਾਪਸ ਘਰ ਆਓ। ਤੁਹਾਨੂੰ ਜੇ ਮੈਥੋਂ ਕੋਈ ਗਲਤੀ ਹੋਈ ਮੈਂ ਉਹਦੀ ਮਾਫ਼ੀ ਵੀ ਮੰਗ ਲੈਂਦਾ, ਪਰ ਮੈਂ ਚਾਹੁੰਦਾ ਕਿ ਆਪਣੀ ਮਾਂ ਪਾਰਟੀ ਤਕੜੀ ਹੋਏ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੈ, ਖਾਲਸਾ ਪੰਥ ਤਕੜਾ ਹੈ, ਪੰਜਾਬ ਤਕੜਾ ਹੈ, ਅਤੇ ਪੰਜਾਬੀਅਤ ਤਕੜੀ ਹੈ, ਸਾਰੇ ਇੱਕ ਆਈ ਪਾਰਟੀ ਹੈ ਜਿਨ੍ਹਾਂ ਨੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਸਮੁੱਚੇ ਧਰਮਾਂ ਨੂੰ ਇਕੱਠਾ ਕਰਕੇ ਪੰਜਾਬ ਨੂੰ ਤਰੱਕੀ ਦੇ ਲਈ ਲਿਆਂਦਾ ਹੈ। ਬਹੁਤ ਬਹੁਤ ਧੰਨਵਾਦ, ਥੈਂਕ ਯੂ।